ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੱਤੀ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਚੋਣ ਕਮਿਸ਼ਨ ਨੂੰ ਹਲਫਨਾਮਾ ਦੇਣ ਕਿ ਜੇਕਰ ਉਹਨਾਂ ਵੱਲੋਂ ਚੋਣ ਮੈਨੀਫੈਸਟੋ 'ਚ ਕੀਤੇ ਗਏ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਚੋਣ ਕਮਿਸ਼ਨ ਉਹਨਾਂ ਦੀ ਪਾਰਟੀ ਦੀ ਮਾਨਤਾ ਰੱਦ ਕਰ ਦੇਵੇ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਚੋਣਾਂ ਸਮੇਂ ਪਾਰਟੀਆਂ ਵੱਲੋਂ ਵੋਟਰਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਬਾਅਦ ਵਿੱਚ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਉਹਨਾਂ ਕਹਿ ਕੇ ਅਜਿਹਾ ਕਰਕੇ ਪਾਰਟੀਆਂ ਵੱਲੋਂ ਵੋਟਰਾਂ ਨਾਲ ਸਿੱਧਾ ਸਿੱਧਾ ਧੋਖਾ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਸਿਆਸੀ ਪਾਰਟੀਆਂ ਨੂੰ ਬਕਾਇਦਾ ਇੱਕ ਹਲਫਨਾਮਾ ਚੋਣ ਕਮਿਸ਼ਨ ਨੂੰ ਦੇਣਾ ਚਾਹੀਦਾ ਹੈ ਜਿਸ 'ਤੇ ਚੋਣ ਵਾਅਦੇ ਪੂਰੇ ਨਾ ਹੋਣ 'ਤੇ ਪਾਰਟੀ ਦੀ ਮਾਨਤਾ ਰੱਦ ਹੋ ਜਾਣੀ ਚਾਹੀਦੀ ਹੈ। ਇਸ ਦੌਰਾਨ ਖਹਿਰਾ ਵੱਲੋਂ ਸਾਬਕਾ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਡਾਕਟਰ ਜਗਤਾਰ ਸਿੰਘ ਅਤੇ ਰਾਸ਼ਟਰੀ ਜਨਤਾ ਦਲ ਦੇ ਨੈਸ਼ਨਲ ਐਗਜ਼ੀਕਿਊਟਿਵ ਮੈਂਬਰ ਪ੍ਰੋਫੈਸਰ ਕਿਸ਼ਨ ਚੰਦਰ ਆਹੂਜਾ ਨੂੰ ਹਾਰ ਪਾ ਕੇ ਪਾਰਟੀ ਵਿੱਚ ਸ਼ਾਮਲ ਵੀ ਕੀਤਾ ਗਿਆ ਹੈ। ਇਹ ਪ੍ਰੋਮਿਸ ਕੀਤੀ ਆ ਕਿ ਅਸੀਂ ਜਿਹੜਾ ਵੀ ਅਸੀਂ ਮੈਨੀਫੈਸਟੋ ਦਾ ਡਾਕੂਮੈਂਟ ਬਣਾਵਾਂਗੇ, ਰੋਡ ਮੈਪ ਬਣਾਵਾਂਗੇ, ਵਿਜ਼ਨ ਡਾਕੂਮੈਂਟ ਬਣਾਵਾਂਗੇ, ਇਲੈਕਸ਼ਨ ਪ੍ਰੋਮਿਸਿਸ ਕਰਾਂਗੇ, ਅਸੀਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੱਕ ਐਫੀਡੇਵਿਟ ਦੇਵਾਂਗੇ ਕਿ ਅਗਰ ਇਹ 25 ਪ੍ਰੋਮਿਸਿਸ ਜਾਂ ਜਿੰਨੀਆਂ ਵੀ ਪ੍ਰੋਮਿਸਿਸ ਅਸੀਂ ਇੰਪੋਰਟੈਂਟ ਕਰਾਂਗੇ, ਅਸੀਂ ਅਗਰ ਪਹਿਲੇ 2 ਸਾਲ ਦੇ ਵਿੱਚ ਇਹ ਪ੍ਰੋਮਿਸਿਸ ਨੂੰ ਇੰਪਲੀਮੈਂਟ ਨਹੀਂ ਕਰ ਸਕਾਂਗੇ, ਵੀ ਵੁੱਡ ਸੈਲਫ ਰਿਕੁਐਸਟ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਟੂ ਡੀ ਰੈਕਗਨਾਈਜ਼ ਆਵਰ ਪਾਰਟੀ, ਸਾਡੀ ਮਾਨਤਾ ਰੱਦ ਕੀਤੀ ਜਾਵੇ ਜੇ ਅਸੀਂ ਲੋਕਾਂ ਨਾਲ ਝੂਠ ਬੋਲੀਏ ਅਤੇ ਨਾ ਕੰਮ ਕਰੀਏ। ਕੀ ਕੈਪਟਨ ਸਾਹਿਬ ਤੁਸੀਂ ਇਸ ਤਰ੍ਹਾਂ ਦਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਕਰ ਸਕਦੇ ਹੋ? ਕੀ ਸੁਖਬੀਰ ਸਿੰਘ ਬਾਦਲ ਤੁਸੀਂ ਇਹ ਵਾਅਦਾ, ਇਹ ਮੈਂ ਆਈ ਹੈਵ ਥਰੋਨ ਦਿਸ ਸਜੈਸ਼ਨ ਇਨ ਦਾ ਪਬਲਿਕ ਡੋਮੇਨ, ਲੈਟ ਦੇਅਰ ਬੀ ਅ ਡਿਸਕਸ਼ਨ ਔਨ ਦਿਸ, ਲੈਟ ਦੇਅਰ ਬੀ ਅ ਪਬਲਿਕ ਓਪੀਨੀਅਨ ਬਿਲਡ ਅਪ ਔਨ ਦਿਸ ਇਸ਼ੂ ਕਿ ਕੀ ਸੁਖਬੀਰ ਸਿੰਘ ਬਾਦਲ ਤੁਸੀਂ ਆਪਣੀ ਮਾਨਤਾ ਰੱਦ ਕਰਵਾਓਗੇ ਜੇ ਤੁਸੀਂ ਵਾਅਦੇ ਆਪਣੇ ਪੂਰੇ ਨਹੀਂ ਕਰੋਗੇ? ਇਹਦਾ ਮਤਲਬ ਨਹੀਂ ਗਾ ਕਿ ਗੁਟਕੇ ਤੇ ਹੱਥ ਰੱਖਿਆ ਤੇ ਲੋਕਾਂ ਨੂੰ ਸਹੁੰ ਖਾਧੀ ਤੇ ਵੋਟਾਂ ਲੈ ਕੇ ਘਰ ਨੂੰ ਚਲੇ ਗਏ। ਔਰ ਕੈਪਟਨ ਅਮਰਿੰਦਰ ਸਿੰਘ ਹੈਜ਼ ਡਨ ਕਮਿਟਡ ਅਨਦਰ ਬ੍ਰੀਚ ਆਫ ਐਗਰੀਮੈਂਟ, ਇਹਨਾਂ ਨੇ ਬਕਾਇਦਾ ਐਗਰੀਮੈਂਟ ਸਾਈਨ ਕੀਤੇ ਨੇ, ਅਕਾਲੀਆਂ ਨੂੰ ਵੀ ਮਾਤ ਪਾਈ ਝੂਠ ਵਿੱਚ, ਲਿਖਤੀ ਐਗਰੀਮੈਂਟ ਕਿਸਾਨਾਂ ਦੇ ਨਾਲ ਥੱਲੇ ਸਾਈਨ ਨੇ ਕੈਪਟਨ ਅਮਰਿੰਦਰ ਸਿੰਘ ਕਿ ਅੱਜ ਤੋਂ ਬਾਅਦ ਤੁਹਾਡੇ ਕੁੱਲ ਕਰਜ਼ੇ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ ਹੈ, ਕਿੱਥੇ ਗਿਆ ਉਹ ਕਰਜ਼ਾ ਦੀ ਮਾਫ਼ੀ? ਨੌਕਰੀਆਂ ਦਾ ਜ਼ਿੰਮੇਵਾਰ ਕੈਪਟਨ ਅਮਰਿੰਦਰ ਸਿੰਘ, ਕਿੱਥੇ ਗਿਆ ਉਹ ਨੌਕਰੀਆਂ? ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਅੱਜ ਉਹਨਾਂ ਦੇ MLA ਨੇ ਇਲਜ਼ਾਮ ਲਾਏ ਨੇ, ਕੁਲਵੀਰ ਸਿੰਘ ਜੀਰਾ ਨੇ ਓਪਨਲੀ ਸਟੇਜ ਦੇ ਉੱਤੋਂ IG ਵੱਲ ਉਂਗਲ ਕਰਕੇ ਕਿ ਆਹ ਬੈਠਾ ਹੀ ਪੁਲਿਸ ਵਾਲਾ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਮਾਫੀਆ ਨੂੰ ਪ੍ਰੋਟੈਕਟ ਕਰਦਾ ਅਤੇ ਪ੍ਰਮੋਟ ਕਰਦਾ ਵਾ। ਇਹ ਦੂਸਰਾ MLA ਆ ਕਾਂਗਰਸ ਦਾ, ਪਹਿਲਾਂ ਸੁਰਜੀਤ ਸਿੰਘ ਧਮਾਨ ਨੇ ਊਧਮ ਸਿੰਘ ਦੇ ਸਰਕਾਰੀ ਫੰਕਸ਼ਨ ਵਿੱਚ ਇਹੀ ਇਲਜ਼ਾਮ ਲਾਏ ਸੀਗੇ, ਹੁਣ ਕੁਲਵੀਰ ਸਿੰਘ ਜੀਰਾ ਨੇ ਸਾਰਾ ਪਰਦਾ ਫਾਸ਼ ਕਰ ਦਿੱਤਾ। ਹੁਣ ਉਹਨੂੰ ਬਜਾਏ ਕਿ ਮਾਫੀਆ ਦੇ ਖਿਲਾਫ ਐਕਸ਼ਨ ਲੈਣ, ਬਜਾਏ ਕਿ ਪੁਲਿਸ ਵਾਲੇ ਜਿਹੜੇ ਪ੍ਰੋਟੈਕਟ ਕਰਦੇ ਨੇ ਜਾਂ ਬਲੈਕ ਸ਼ੀਪ ਇਨ ਦਾ ਪੁਲਿਸ, ਬਜਾਏ ਕਿ ਉਹਨਾਂ ਦੇ ਖਿਲਾਫ ਐਕਸ਼ਨ ਲੈਣ, ਉਹ ਜ਼ੀਰੇ ਨੂੰ ਜਾਖੜ ਸਾਹਿਬ ਕਾਰਨ ਦੱਸੋ ਨੋਟਿਸ ਦੇ ਦਿੱਤਾ। ਉਲਟਾ ਚੋਰ ਕੋਤਵਾਲ ਕੋ ਡਾਂਟੇ, ਇਹ ਬਿਲਕੁਲ ਟੁਕਦਾ ਹੈ ਅੱਜ ਦੀ ਡੇਟ ਵਿੱਚ। ਇਹਨਾਂ ਨੂੰ ਚਾਹੀਦਾ ਸੀਗਾ ਅਮਰਿੰਦਰ ਸਿੰਘ ਨੂੰ ਕਿ ਜ਼ੀਰੇ ਨੂੰ ਸੱਦ ਦੇ, ਕਿਹੜਾ ਕਿਹੜਾ ਜ਼ੀਰੇ ਜ਼ਿਲ੍ਹੇ ਅਤੇ ਫਿਰੋਜ਼ਪੁਰ ਦੇ ਵਿੱਚ ਨੈਕਸਸ ਆ ਸਾਨੂੰ ਦੱਸ, ਅਸੀਂ ਉਹ ਛੰਟੀ ਕਰਦੇ ਹਾਂ ਪੁਲਿਸ ਵਾਲਿਆਂ ਦੀ, ਉਹਨਾਂ ਨੂੰ ਅਸੀਂ ਸਜ਼ਾ ਦਿੰਦੇ ਹਾਂ, ਕਿਸੇ ਨੇ ਨਹੀਂ ਪੁੱਛਿਆ। ਉਲਟਾ ਜ਼ੀਰੇ ਨੂੰ ਹੁਣ ਗੈਗ, ਔਰ ਤੁਸੀਂ ਦੇਖੋਗੇ ਕਿ ਕੱਲ੍ਹ ਪਰਸੋਂ, ਬਿਕੋਜ਼ MLAs ਅੰਡਰ ਦਿਸ ਸਿਸਟਮ ਐਟ ਦਿਸ ਪੁਆਇੰਟ ਆਫ ਟਾਈਮ ਸਾਰੇ ਗੁਲਾਮ ਨੇ, ਜਿਹੜਾ ਇੰਨਾ ਲਾਅ ਸਟ੍ਰਿੰਜੈਂਟ ਕੀਤੇ ਹੋਏ ਨੇ, ਪ੍ਰਧਾਨਾਂ ਦੇ ਕੋਲ ਇੰਨੀਆਂ ਪਾਵਰਸ ਦਿੱਤੀਆਂ ਐਂਟੀ ਡਿਫੈਕਸ਼ਨ ਲਾਅਸ ਨੇ, ਉਹ ਡਿਕਟੇਟਰ ਬਣੇ ਹੋਏ ਨੇ। ਉਹ ਜ਼ੀਰੇ ਨੂੰ ਕਹਿਣਗੇ ਜਾਂ ਬੰਦਾ ਬਣ ਜਾਂਦੇ ਤਾਂ ਚੱਲ ਬਾਹਰ ਕਰ ਦੇਣਗੇ। ਜ਼ੀਰਾ ਵਿਚਾਰਾ ਹਲੇ ਨੌਜਵਾਨ ਹੈ, ਹੀ ਹੈਜ਼ ਅ ਲੌਂਗ ਵੇ ਟੂ ਗੋ, ਅ ਗੁੱਡ ਪੋਲੀਟੀਕਲ ਕਰੀਅਰ, ਹੀ ਵਿਲ ਹੈਵ ਟੂ ਸਕੰਬ। ਮੇਰੀ ਜ਼ੀਰੇ ਨੂੰ ਅਪੀਲ ਹੈ, ਜੇ ਹੁਣ ਬੰਦਿਆਂ ਵਾਂਗੂ ਸਟੈਂਡ ਲਿਆ ਨਾ ਤਾਂ ਖੜਾ ਰਹਿ, ਔਰ ਨਾਮ ਲੈ ਕੇ ਦੇ ਪਬਲਿਕਲੀ, ਇਕੱਲਾ IG ਨਹੀਂ, ਡਾਊਨ ਦਾ ਲਾਈਨ ਜਿਹੜੇ ਮਾਫੀਆ ਉੱਥੇ ਕੰਮ ਕਰਦੇ ਤੁਹਾਡੇ ਥੱਲੇ, ਉਹਨਾਂ ਦੇ ਨਾਮ ਲੈ ਕੇ ਦੱਸ, ਤਾਂ ਕਿ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਜੱਦੋ ਜਹਿਦ ਪੰਜਾਬ ਦੇ ਵਿੱਚ ਖੜੀ ਕੀਤੀ ਜਾ ਸਕੇ। ਬਿਊਰੋ ਰਿਪੋਰਟ, ਪੰਜਾਬ ਟੂਡੇ।